ਉਹਨਾਂ ਦਾ ਜੋ ਮੁੱਦਾ ਚੱਲ ਰਿਹਾ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇੱਥੇ ਕਿ 3-4 ਦਿਨ ਤੋਂ ਕੰਮ ਇਹ ਗਰਮ ਹੋਈ ਜਾ ਰਿਹਾ, ਜਿਹੜਾ ਉੱਠਦਾ ਉਹ ਗਾਲਾਂ ਹੀ ਕੱਢੀ ਜਾਂਦਾ। ਮੈਂ ਜ਼ਿਆਦਾ ਗੱਲਾਂ ਨਾ ਕਰਦਾ, ਮੈਂ ਇੱਥੇ ਹੀ ਬੈਠਾ। ਮੈਂ ਮਾਫ਼ੀ ਚਾਹੁੰਦਾ ਸਿੱਖ ਸੰਗਤਾਂ ਤੋਂ, ਅਤੇ ਮੈਂ ਆਪਣੇ ਘਰ ਤਿਆਗ ਰਿਹਾ ਜੀ ਇਹ ਗਾਂਹ ਤੋਂ। ਜ਼ਿੰਦਗੀ ਜਿੱਦਾਂ ਮਹਾਰਾਜ ਨੇ ਡਿਊਟੀ ਲਾਈ ਉੱਦਾਂ ਹੋਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਤੋਂ ਜੋ ਮੁੱਦਾ ਚੱਲ ਰਿਹਾ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਂ ਚਾਹੁੰਦਾ ਸੀ ਇਸ 'ਤੇ ਮਿੱਟੀ ਪੈ ਜਾਵੇ। ਬੇਨਤੀ ਤਾਂ ਕਰਦੇ ਹਾਂ ਸਾਰੇ ਪੰਜਾਬੀਆਂ ਨੂੰ, ਕੀਤੀ ਸੀ ਬਈ ਪੰਜਾਬੀ ਨਾਲ ਪੰਜਾਬੀ ਨਾ ਲੜੇ, ਅਤੇ ਪੰਜਾਬੀ ਦੇ ਲਈ ਲੜੀਏ, ਪੰਜਾਬੀ ਲਈ ਯਤਨਸ਼ੀਲ ਹੋਈਏ। ਪਰ ਸਾਡੇ ਕੁਝ ਸਿੱਖ ਪ੍ਰਚਾਰਕਾਂ ਨੇ, 2-4 ਸਿੱਖ ਪ੍ਰਚਾਰਕਾਂ ਨੇ ਇਸ ਪੰਜਾਬੀ ਦੇ ਮੁੱਦੇ ਨੂੰ ਸਿੱਧਾ ਸਿੱਖੀ ਨਾਲ ਜੋੜ ਲਿਆ। ਅਸੀਂ ਕੋਈ ਵੀ ਗੱਲ ਕਰਦੇ ਹਾਂ ਅਤੇ ਉਹਨੂੰ ਉਹ ਜੇ ਮੈਂ ਕੋਈ ਗੱਲ ਕਰਦਾ ਅਤੇ ਸਿੱਧਾ ਹੀ ਮੇਰੀ ਸਿੱਖੀ 'ਤੇ ਸਵਾਲ ਖੜ੍ਹੇ ਕਰ ਲੈਂਦੇ ਨੇ, ਉਹ ਵੀ ਸਿੱਖ ਪ੍ਰਚਾਰਕ ਆਉਣਗੇ 2-3। ਅੱਜ ਇਸ ਤਰ੍ਹਾਂ ਮੈਂ ਗੱਲ ਕੀਤੀ 2-3 ਸਿੱਖ ਪ੍ਰਚਾਰਕ, ਜਿਨ੍ਹਾਂ ਦੇ ਵਿੱਚ ਗੰਭੀਰ ਸਾਹਿਬ ਆ ਅਤੇ ਅਵਤਾਰ ਸਿੰਘ ਆ KTV ਵਾਲੇ, ਉਹ ਵੀ ਰੇਡੀਓ ਪ੍ਰਜੈਂਟਰ ਆ, TV ਪ੍ਰਜੈਂਟਰ ਆ, ਅਤੇ ਮੈਂ ਸਮਝਦਾ ਵੀ ਉਹ ਵੀ ਪ੍ਰਚਾਰਕ ਹੀ ਆ। 2-3 ਸਿੰਘ ਹੋਰ ਸਮਾਣੀ ਤੋਂ, ਉਹਨਾਂ ਦਾ ਨਾਂ ਭੁੱਲ ਗਿਆ, ਚਲੋ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ। ਬਟ ਜਦੋਂ ਗੰਭੀਰ ਸਾਹਿਬ ਇੰਨੇ ਗੰਭੀਰ ਹੋਣ ਦੇ ਬਾਵਜੂਦ ਇੰਨੇ ਹਲਕੇ ਸ਼ਬਦ ਵਰਤਦੇ ਆ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ, ਕਿਉਂਕਿ ਮੈਂ ਉਹਨਾਂ ਦਾ ਫੈਨ ਹਾਂ, ਮੈਂ ਉਹਨਾਂ ਨੂੰ ਸੁਣਦਾ ਅਤੇ ਸੁਣਦਾ ਵੀ ਰਹੂੰਗਾ। ਪਰ ਜਿਹੜੇ ਸ਼ਬਦ ਉਹ ਮੇਰੇ ਲਈ ਵਰਤਦੇ ਆ, ਕੰਜਰ ਆ, ਇਹ ਬਦਤਮੀਜ਼ ਆ, ਇਹ ਏਜੰਸੀਆਂ ਦੇ ਬੰਦੇ ਆ, ਇਹ ਭੇਖੀ ਆ, ਪਤਾ ਨਹੀਂ ਕੀ, ਅਤੇ ਮੈਂ ਸਮਝਦਾ ਕਿ ਇਹ ਕਕਾਰ ਪਹਿਨ ਕੇ ਗੁਰੂ ਮਹਾਰਾਜ ਦੇ, ਮੈਂ ਡੋਰੀ ਵਾਲੀ ਕਿਰਪਾਨ ਪਹਿਨਦਾ, ਸਾਰਿਆਂ ਨੂੰ ਪਤਾ ਆ, ਅਤੇ ਆਪਣੇ ਜਿਹੜਾ ਕੰਘਾ ਹੁੰਦਾ ਉਹ ਮੈਂ ਆਲਵੇਜ਼ ਜੇਬ 'ਚ ਰੱਖਦਾ, ਜਾਂ ਮੇਰੇ ਫੌਜ ਵਿੱਚ ਹੁੰਦਾ ਆ, ਜਾਂ ਮੇਰੀ ਗੱਡੀ 'ਚ ਪਿਆ ਹੁੰਦਾ, ਕਿਉਂਕਿ ਪਹਿਲਾਂ ਮੈਂ ਭੁੱਲ ਗਿਆ ਸੀ। ਫਿਰ ਮੈਂ ਸੋਚਿਆ ਵੀ ਆਪਾਂ ਕੰਘੇ 1-2 ਹੋਰ ਲੈ ਲੈਂਦੇ ਹਾਂ। ਚਲੋ ਇਹ ਮੈਂ ਤਾਂ ਦੱਸਿਆ ਵੀ ਇਹ ਜਿਹੜੇ ਕਕਾਰ ਪਹਿਨ ਕੇ ਗੁਰੂ ਮਹਾਰਾਜ ਦੇ, ਮੈਂ ਕਕਾਰਾਂ ਦੀ ਉਹਨਾਂ ਤੋਂ ਬੇਇੱਜ਼ਤੀ ਕਰਾਵਾਂ, ਬੇਅਦਬੀ ਕਰਾਵਾਂ, ਉਹਦੇ ਵਿੱਚ ਮੈਂ ਭਾਗੀਦਾਰ ਪਹਿਲਾਂ ਆ। ਜੇ ਮੇਰੀ ਸਿੱਖੀ ਭੇਖੀ ਆ, ਮੇਰੀ ਸਿੱਖੀ ਰੜਕਦੀ ਆ, ਅਤੇ ਮੈਂ ਨਹੀਂ ਚਾਹੁੰਦਾ ਵੀ ਮੇਰੀ ਸਿੱਖੀ ਦੇ ਨਾਲ ਸਿੱਖ ਕਮਿਊਨਿਟੀ ਦਾ ਜਾਂ ਸਿੱਖੀ ਦਾ ਕੋਈ ਨੁਕਸਾਨ ਹੋਵੇ। ਪਿੱਛੋਂ ਜਾ ਕੇ ਇਹ ਗਲਤੀ ਕਰ ਰਹੇ ਆ, ਆਪ ਹੀ ਨਾ ਪਹਿਲਾਂ ਝੰਡਾ ਗੱਡ ਦਿਆ ਕਰੋ। ਸੋ ਇਸ ਕਰਕੇ ਜੇ ਨੌਜਵਾਨ ਯੂਥ ਆ ਉਹ ਤੁਹਾਡੇ ਤੋਂ ਡਰਦਾ ਹੀ ਨਹੀਂ, ਇੱਧਰ ਨੂੰ ਆ ਰਿਹਾ, ਮੈਂ ਕਲੀਅਰ ਕਰਦਾ ਹਾਂ ਵੀ ਤੁਸੀਂ ਲੋਕਾਂ ਨੂੰ ਤੋੜੋ ਨਾ, ਜੋੜੋ। ਮੈਂ ਸਿਆਣਾ ਨਹੀਂ ਪਰ ਇਹ ਮਾਹੌਲ ਆ ਪੰਜਾਬ ਦਾ, ਤੁਸੀਂ ਆਪਣਾ ਪ੍ਰਚਾਰ ਕਰੋ, ਗੁਰੂ ਮਹਾਰਾਜ ਤੰਦਰੁਸਤੀਆਂ ਬਖਸ਼ੇ, ਅਤੇ ਬਾਕੀ ਮੈਂ ਸਿੱਖ ਸੰਗਤ ਤੋਂ, ਸਿੱਖ ਜਗਤ ਤੋਂ ਮਾਫ਼ੀ ਚਾਹੁੰਦਾ ਕਿ ਮੇਰੇ ਸਿੱਖੀ ਸਰੂਪ ਦੇ ਵਿੱਚ ਆਉਣ ਨਾਲ ਜੇ ਕੋਈ ਨੁਕਸਾਨ ਹੁੰਦਾ ਤਾਂ ਫਿਰ ਮੈਨੂੰ ਇਹੀ ਫੈਸਲਾ ਲੈਣਾ ਚਾਹੀਦਾ ਸੀਗਾ। ਅਤੇ ਮੈਂ ਹਰ ਇੱਕ ਜਿੰਨੇ ਵੀ ਸਿੱਖ ਚਿੰਤਕ ਜਾਂ ਪੰਜਾਬੀ ਚਿੰਤਕ ਫਿਲੋਸਫਰ ਆ ਉਹਨਾਂ ਤੋਂ ਵੀ ਮੈਂ ਮਾਫ਼ੀ ਚਾਹੁੰਦਾ ਜੇ ਕੋਈ ਮੇਰੇ ਕੋਲ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ। ਗਲਤੀ ਇੱਕ ਹੋਈ ਸੀ ਛੋਟੀ ਜਿਹੀ, ਉਹ ਆਪਾਂ ਛੋਟੀ ਜਾਂ ਵੱਡੀ ਹੋ ਗਈ, ਗਲਤੀ ਤਾਂ ਗਲਤੀ ਆ, ਅਤੇ ਕਹਿਣ ਦਾ ਮਤਲਬ ਆਪਾਂ ਉਹਦੀ ਮਾਫ਼ੀ ਮੰਗ ਲਈ ਸੀ, ਉਹ ਵੀ ਇਹਨਾਂ ਨੂੰ ਪਸੰਦ ਨਹੀਂ, ਉਹਦੇ ਬਾਰੇ ਵੀ ਕੋਈ ਨਾ ਕੋਈ ਜ਼ਰੂਰ ਇਸ਼ੂ ਉੱਠਣਾ ਚਾਹੀਦਾ। ਇਹਨਾਂ ਨੂੰ ਮਾੜਾ ਨਾ ਕਹੋ, ਇਹਨਾਂ ਨੂੰ ਆਪਣੇ ਮਾਧਿਅਮ ਰਾਹੀਂ ਜਿੱਥੇ ਜਿੱਥੇ ਵੀ ਹੈਗਾ ਤੁਸੀਂ ਜ਼ਰੂਰ ਇਹਨਾਂ ਨੂੰ ਕਹਿਣਾ ਪੈਣਾ ਤੁਹਾਨੂੰ, ਕਿਉਂਕਿ ਇਹ ਜੋੜਨ ਵਾਲੀ ਨਹੀਂ ਤੁਕਣ ਵਾਲੀ ਗੱਲ ਹੋ ਜਾਂਦੀ ਆ। ਮਨ ਬੜਾ ਦੁੱਖ ਰਿਹਾ ਜੋ ਮੈਂ ਬੋਲਿਆ ਆ, ਮੈਂ ਅੱਜ ਆਪਣੇ ਕਕਾਰ ਤਿਆਗ ਰਿਹਾ ਹਾਂ। ਇਹ ਛੋਟੀ ਗੱਲ ਹੀ ਮੇਰੇ ਲਈ ਬਹੁਤ ਵੱਡਾ ਇਤਿਹਾਸਿਕ ਦਿਨ, ਜਿੱਦਣ ਮੈਂ ਗੁਰੂ ਮਹਾਰਾਜ ਦੇ ਲੜ ਲੱਗਾ ਸੀ, ਕਕਾਰ ਪਹਿਨੇ ਸੀਗੇ, ਉੱਦਣ ਵੀ ਮੇਰੀ ਜ਼ਿੰਦਗੀ ਦਾ ਇੱਕ ਅਲੱਗ ਦਿਨ, ਵੱਖਰੀ ਕਹਾਣੀ ਸੀਗੀ, ਅਤੇ ਅੱਜ ਵੀ ਇੱਕ ਵੱਖਰੀ, ਕਿਉਂਕਿ ਮੇਰਾ ਜੇ ਮੇਰਾ ਵੀ ਦਿਲ ਆ, ਮੇਰਾ ਰੋਸਾ, ਮੈਂ ਕਿਸੇ ਨਾਲ ਗਾਲੀ ਗਲੋਚ ਨਹੀਂ ਕੀਤਾ,
ਕਰਨ ਨੂੰ ਬਹੁਤ ਕੁਛ ਹੁੰਦਾ ਬੰਦੇ ਕੋਲ। ਸਿੰਘ ਹੀ ਫਸਾਉਣੇ ਆ, ਦੋ ਭਲਵਾਨ ਘੁਲਦੇ ਆ, ਇੱਕ ਨੇ ਜਿੱਤਣਾ ਅਤੇ ਇੱਕ ਨੇ ਹਾਰਨਾ। ਸੋ ਕਹਿੰਦਾ ਮਤਲਬ ਕਰਨ ਨੂੰ ਬਹੁਤ ਕੁਛ ਸੀ। ਮੈਂ ਸੋਚਿਆ ਵੀ ਜੇ ਰੋਲ ਮਾਡਲ ਇਹ ਵੀ ਲੋਕ ਕਹਿ ਰਹੇ ਆ ਤਾਂ ਫਿਰ ਮੇਰਾ ਫਰਜ਼ ਆ ਮੈਂ ਕੋਈ ਇਹ ਰਾਹ ਲੱਭਾਂ। ਅਤੇ ਮੈਂ ਇੱਕ ਸੱਜਣ ਨਾਲ ਗੱਲ ਕੀਤੀ ਸੀ, ਫਿਰ ਮੈਂ ਸੋਚਿਆ ਵੀ ਕਿਸੇ ਨੇ ਵੀ ਮੂਹਰੇ ਨਹੀਂ ਆਉਣਾ, ਕਿਸੇ ਨੇ ਇਸ ਗੱਲ ਦੇ ਮੂਹਰੇ ਨਹੀਂ ਆਉਣਾ, ਸ਼ਾਇਦ ਇਹ ਤੋਂ ਬਾਅਦ ਕੋਈ ਆਵੇ। ਮੈਂ ਕਹਿੰਦਾ ਵੀ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ਼ ਕਰਿਓ। ਅਤੇ ਗੁਰੂ ਮਹਾਰਾਜ ਸਿੱਖ ਸੰਗਤਾਂ ਨੂੰ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅਤੇ ਅੱਜ ਮੈਂ ਆਪਣੇ ਜਿਹੜੇ ਕਕਾਰ ਆ ਹੁਣ ਇਹ ਮੈਂ ਹੁਣੇ ਇਸ ਟਾਈਮ ਹੀ ਗੁਰੂ ਚਰਨਾਂ ਵਿੱਚ ਤਿਆਗਣ ਲੱਗਾ, ਕਿਉਂਕਿ ਮੈਂ ਬੜਾ ਪਰੇਸ਼ਾਨ ਸੀ। ਦੋ ਤਿੰਨ ਦਿਨ ਹੋ ਗਏ ਨੀਂਦ ਨਹੀਂ ਆਈ ਵੀ ਇਹ ਕਹਾਣੀ ਕੀ ਆ। ਇਸ ਕਰਕੇ ਨਹੀਂ ਵੀ ਡਰਦਾ ਵੀ ਮੈਨੂੰ ਉੱਥੇ ਗਾਲੀ ਗਲੋਚ ਹੋ ਰਿਹਾ, ਕੋਈ ਮੁੱਦਾ ਹੀ ਨਹੀਂ ਗਾ, ਕੋਈ ਮਾਫ਼ੀ ਨਹੀਂ, ਅਸੀਂ ਕਿੱਥੇ ਜਾਈਏ, ਐਡਾ ਹੁਣ ਚੁਗਾਠਾ ਇਹ ਜਿਹੜਾ ਇਹਨੂੰ ਕਿੱਥੇ ਇਹਨੂੰ ਲੂਹਦਈਏ ਬਿਨਾਂ ਗੱਲ ਤੋਂ। ਮੈਂ ਤਾਂ ਇਹ ਕਹਿੰਦਾ ਵੀ ਕੰਮ ਆਈਏ, ਕੌਮ ਦੇ ਕੰਮ ਆਈਏ, ਕਿਤੇ ਸਿੱਖੀ ਨਾਲ ਤੁਰੇ। ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਮੈਂ ਗਨਾਹ ਕਿੱਥੇ ਕੀਤਾ। ਜੇ ਉਹ ਕਿਰਪਾਨ ਦਾ ਮੁੱਦਾ ਹੋਇਆ ਵੀ ਉਹ ਮੈਂ ਪੁੱਛ ਲੈਂਦਾ ਵੀ ਸਾਰਿਆਂ ਨੂੰ ਫਿਰ ਦੁਬਾਰਾ ਰਿਮਾਇੰਡ ਕਰਾ ਦਿਆਂ ਵੀ ਮੈਨੂੰ ਉਹ ਬੰਦਾ ਆ ਕੇ ਮੂਹਰੇ ਦੱਸ ਦੇਵੇ ਵੀ ਜਿਹੜਾ ਫਲਾਈ ਕਰ ਸਕਦਾ ਆ ਕਿਰਪਾਨ ਪਾ ਕੇ। ਕੋਈ ਉਹਦੇ ਲਈ ਚਿੰਤਕ ਵੀ ਹੈਗੇ ਆ ਕਈ ਲੋਕ ਵੀ ਚਲੋ ਅਸੀਂ ਕਿਹੜਾ ਕਿਸੇ ਦੇ ਨਾਲ ਲੜਾਈ ਕਰਨੀ ਹੈ, ਗੁਰੂ ਮਹਾਰਾਜ ਦਾ ਇਹ ਜਿਹੜਾ ਹੈਗਾ ਸਾਨੂੰ ਦਿੱਤਾ ਹੈ ਬਖਸ਼ਿਆ। ਸੋ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੈ ਇੱਥੇ ਮੈਂ ਮਾਫ਼ੀ ਚਾਹੁੰਦਾ ਸਿੱਖ ਸੰਗਤਾਂ ਤੋਂ, ਅਤੇ ਮੈਂ ਆਪਣੇ ਕਕਾਰ ਤਿਆਗ ਰਿਹਾ ਜੀ। ਅਤੇ ਗਾਂਹ ਤੋਂ ਹੁਣ ਜ਼ਿੰਦਗੀ ਜਿੱਦਾਂ ਮਹਾਰਾਜ ਨੇ ਡਿਊਟੀ ਲਾਈ ਉੱਦਾਂ ਹੋਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਰ ਮੇਰੀ ਇੱਥੇ ਦੂਜੀ ਕਿਰਪਾਨ ਵੀ ਸੀਗੀ ਜਿਹੜੀ ਉੱਪਰ ਦੀ ਪਾਈ ਦੀ ਆ, ਉਹ ਵੀ ਆਹ ਤਾਂ ਮੈਂ ਧੋ ਕੇ ਚੱਲ ਠੀਕ ਆ ਵਾਹਿਗੁਰੂ।